Hello friends, welcome to the official channel of Gaurav Anmol Music. हारमोनियम के सभी प्रकार के ट्यूटोरियल, प्रत्येक गाने के ट्यूटोरियल आप इस चैनल से प्राप्त कर सकते हैं. चैनल को अभी सब्सक्राइब करें, सब्सक्राइब बटन दबाकर, और बेल आइकन को प्रेस करना ना भूलें ताकि जो नोटिफिकेशन है आपके पास सबसे पहले पहुंच जाएं. नोटिफिकेशन के लिए आप बेल आइकन को प्रेस कर दें. सो थैंक यू सो मच सब्सक्राइबर्स ਨੂੰ ਗੋਰਾ ਅਨਮੋਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ. ਤੇ ਅੱਜ ਅਸੀਂ ਜਿਹੜਾ ਟਿਊਟੋਰੀਅਲ ਪਾ ਰਹੇ ਹਾਂ ਉਹ ਹੈ ਜੀ ਜਸਪਿੰਦਰ ਨਰੂਲਾ ਜੀ ਦਾ ਬਹੁਤ ਹੀ ਪਿਆਰਾ ਸੌਂਗ, ਬਾਲੀਵੁੱਡ ਸੌਂਗ ਹੈ. ਅੱਜ ਰਲ ਕੇ ਗੁਜ਼ਾਰਾਂਗੇ ਰਾਤ ਕਿ ਅੱਲਾ ਕਰੇ ਦਿਨ ਨਾ ਚੜੇ. ਬਹੁਤ ਅੱਛੀ ਕੰਪੋਜੀਸ਼ਨ ਹੈ. ਸੋ ਉਹਦਾ ਟਿਊਟੋਰੀਅਲ ਅੱਜ ਪਾ ਰਹੇ ਹਾਂ. ਸੋ ਜਿਹੜੇ ਵੀ ਸਬਸਕ੍ਰਾਈਬਰਸ ਔਰ ਜਿਹੜੇ ਵੀ ਵਿਊਅਰਸ ਦੇਖ ਰਹੇ ਹੈ, ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਜਿਹੜੇ ਵਿਊਅਰਸ ਨੇ ਉਹ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਜੀ, ਅਤੇ ਉਸ ਤੋਂ ਬਾਅਦ ਬੈੱਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਨੋਟੀਫਿਕੇਸ਼ਨ ਵਾਸਤੇ. ਔਰ ਅਗਰ ਤੁਹਾਨੂੰ ਵੀਡੀਓ ਤੋਂ ਕੁਛ ਅੱਛਾ ਸਿੱਖਣ ਨੂੰ ਮਿਲਦਾ ਹੈ, ਮੀਡੀਆ ਨੂੰ ਲਾਈਕ ਜ਼ਰੂਰ ਕਰਨਾ ਜੀ. ਕਮੈਂਟ ਬਾਕਸ 'ਚ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ, ਅਤੇ ਆਪਣੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਨਾਲ ਉਹ ਵੀ ਪਲੇ ਕਰਕੇ ਗਾ ਸਕਣ. ਸੋ ਜਿਹੜਾ ਅੱਜ ਦਾ ਸਾਡਾ ਟਿਊਟੋਰੀਅਲ ਹੈ ਜੀ, ਉਹਦੇ 'ਤੇ ਆਉਂਦੇ ਆਪਾਂ. ਜਸਪਿੰਦਰ ਨਰੂਲਾ ਜੀ ਦਾ ਬਹੁਤ ਹੀ ਪਿਆਰਾ ਸੌਂਗ, ਅੱਜ ਰਲ ਕੇ ਗੁਜ਼ਾਰਾਂਗੇ ਰਾਤ ਕਿ ਅੱਲਾ ਕਰੇ ਦਿਨ ਨਾ ਚੜੇ. ਸੋ ਦੱਸਦਾ ਜੀ ਮੈਂ ਤੁਹਾਨੂੰ, ਰਾਗ ਹੈ ਜੀ ਇਹਦਾ. ਸਭ ਤੋਂ ਪਹਿਲਾਂ ਸ਼ੇਰ ਸਟਾਰਟ ਹੁੰਦਾ, ਉਸ ਤੋਂ ਬਾਅਦ ਸਾਈ ਫਿਰ ਅੰਤਰਾ. ਸੋ ਜਿਹੜਾ ਸ਼ੇਰ ਦਾ ਰਾਗ ਹੈ ਉਹ ਹੈ ਜੀ ਸਾਰੰਗ, ਉਸ ਤੋਂ ਬਾਅਦ ਜਿਹੜਾ ਸਥਾਈ ਅਤੇ ਅੰਤਰਾ ਹੈ ਉਹ ਹੈ ਜੀ ਬਾਗੇਸ਼ਰੀ ਰਾਗ ਦੇ ਵਿੱਚ. ਸੋ ਆਪਾਂ ਸਟਾਰਟ ਕਰਦੇ ਹਾਂ ਜੀ, ਤੁਹਾਨੂੰ ਪਤਾ ਲੱਗ ਜਾਏਗਾ ਕਿੱਦਾਂ ਪਲੇ ਹੋਣਾ. ਸੋ ਸਟਾਰਟ ਕਰਦੇ ਹਾਂ ਜੀ, ਸਭ ਤੋਂ ਪਹਿਲਾਂ ਸ਼ੇਰ ਜਿਹੜਾ ਸਾਰੰਗ ਰਾਗ ਹੈ ਚੌਥੇ ਤੋਂ ਜੀ ਸ਼ਾਰ. ਸਟਾਰਟ ਕਰਦੇ ਹਾਂ ਜੀ ਆਪਾਂ. ਪਲ ਮਾਣੇ ਸੁਖ ਵੇ ਹਜ਼ਾਰਾਂ
ਸਕੀਨਾ ਨਾਲ ਵਨ ਸਿੰਘ ਨਾਲ ਦੁਬਾਰਾ ਦੁਬਾਰਾ ਦੇਖੋ ਇੰਨਾ ਕੁ ਸ਼ੇਰ ਹੈ ਜੀ। ਉਸ ਤੋਂ ਬਾਅਦ ਆਪਾਂ ਆਉਂਦੇ ਹਾਂ ਜੀ ਸਥਾਈ ਤੇ। ਸੋ ਜਿਹੜਾ ਸ਼ੇਰ ਸੀ ਮੈਂ ਤੁਹਾਨੂੰ ਦੱਸਿਆ ਸੀ ਸਾਰੰਗ ਰਾਗ ਦੇ ਵਿੱਚ ਹੈ, ਉਸ ਤੋਂ ਬਾਅਦ ਸਥਾਈ ਤੇ ਅੰਤਰ ਜਿਹੜਾ ਬਾਗੇਸ਼ਰੀ ਰਾਗ ਦੇ ਵਿੱਚ ਹੈ। ਸੋ ਧਿਆਨ ਨਾਲ ਲਿਖਣਾ ਜੀ, ਉਹਦੇ 'ਚ ਰਾਗ ਚੇਂਜ ਹੋ ਰਿਹਾ, ਸੋ ਧਿਆਨ ਨਾਲ ਲਿਖੋ। ਸਕੇਲ ਚੌਥਾ ਹੀ ਹੈ, ਰਾਗ ਜਿਹੜਾ ਹੈ ਉਹ ਬਾਗੇਸ਼ਰੀ ਹੈ, ਬਾਗੇਸ਼ਰੀ ਰਾਗ ਦੇ ਸੁਰ। ਸਟਾਰਟ ਕਰਦੇ ਹਾਂ ਜੀ ਆਪਾਂ ਸਥਾਈ ਦੀ ਫਸਲ। ਅੱਜ ਰਲ ਕੇ ਹਫ ਕਰਕੇ ਦੱਸਦਾ ਮੈਂ, ਅੱਜ ਰਲ ਕੇ ਇੰਨਾ ਕੁ ਦੱਸਦਾ, ਅੱਜ ਰਲ ਕੇ ਰੰਗ ਰਾਤ ਵਨ ਫਿੰਗਰ ਨਾਲ, ਅੱਜ ਰਲ ਕੇ ਰੰਗ ਰਾਤ ਦੁਬਾਰਾ ਦੇਖੋ, ਅੱਜ ਰਲ ਕੇ ਰੰਗ ਰਾਤ ਇੱਥੋਂ ਹੀ ਕਿਵੇਂ ਕਰੇ। ਨੈਕਸਟ ਲਾਈਨ ਹੈ ਕਿਵੇਂ ਕਰੇ ਦੁਬਾਰਾ ਦੇਖੋ ਵਨ ਫਿੰਗਰ ਨਾਲ, ਨੈਕਸਟ ਟਾਈਮ ਫਿਰ ਇੱਦਾਂ ਹੀ ਉਹ ਇੱਥੋਂ ਸਟਾਰਟ ਹੋਣੀ ਹੈ ਕਿ ਦੁਬਾਰਾ ਦੇਖੋ ਵਨ ਫਿੰਗਰ ਨਾਲ, ਇੰਨਾ ਕੁ ਦੱਸਦਾ ਮੈਂ, ਸਾਹਾਂ ਤਿੱਖੀਆਂ ਨੇ ਕੀਤੀ ਬਰਸਾਤ ਕੇ ਇੱਥੇ ਕੀ ਆਣਾ ਬਰਸਾਤ ਤੱਕ ਇੱਥੇ ਵਨ ਫਿੰਗਰ ਨਾਲ, ਸਾਹਾਂ ਤਿੱਖੀਆਂ ਨੇ ਕੀਤੀ ਬਰਸਾਤ ਕੇ ਇੱਥਾਂ ਇੱਦਾਂ ਧਿਆਨ ਨਾਲ ਲਿਖਿਓ, ਸਾਹਾਂ ਤਿੱਖੀਆਂ ਨੇ ਕੀਤੀ ਬਰਸਾਤ ਕੇ ਨੈਕਸਟ ਲਾਈਨ ਅੱਲਾ ਕਰੇ ਕੇ ਇੱਥੇ ਆ ਗਿਆ ਅੱਲਾ ਕਰੇ ਇੱਥੇ ਆ ਗਿਆ ਕਿ ਅੱਲਾ ਕਰੇ ਦਿਨ ਨਾ ਚੜੇ ਦੁਬਾਰਾ ਦੇਖੋ ਕਿ ਅੱਲਾ ਕਰੇ ਦਿਨ ਨਾ ਚੜੇ ਐਂਡਿੰਗ ਲਾਈਨ ਐਂਡਿੰਗ ਲਾਈਨ ਹੈ ਕਿ ਅੱਲਾ ਕਰੇ ਦਿਨ ਨਾ ਚੜੇ ਕਿ ਅੱਲਾ ਕਰੇ ਦਿਨ ਨਾ ਚੜੇ ਮਨ ਸਿੰਘ ਨਾਲ
दोबारा देखो के अंदा कर दिन चढ़े। सो यह है जी इसका स्थाई। नैक्सट ये दो अंतरे है। सो एक बेस अंतरा मैं तुम्हें दसन लगा कि दबले होना है वो अच्छी तरह तुम प्रैक्टिस करोगे नैक्सट अंतरा प्ले करने से कोई प्रॉब्लम नहीं आएगी तुम। सो उस तो पहला जी जे व्यूअर्स देख रहे हैं वीडियो जिन्होंने चैनल में हले तक भी सबसक्राइब नहीं किया जी सब तो पहला जी चैनल में हमने ही सबसक्राइब कर दो बैल आइकन प्रेस करना ना भूलो नोटिफिकेशन वास्ते। और अगर तुम्हें वीडियो तो कुछ अच्छा सीखने मिल रहा है वीडियो जरूर लाइक करना जी कमेंट बॉक्स में सानू कमेंट करके जरूर दसो ये अपने फ्रेंड्स ना जरूर शेयर करना ताकि नाल भी प्ले करके गा सकन। सो स्टार्ट करते हैं जी आप अंतरा कितना बल होना ध्यान ना देखियो जी बेस अंतरा उस तो बाद बिच पीस है पीस है मेरा तो हर लिखो फैसला नाल तेरे ही गया। दोबारा फिर यही लाइन मेरा तो हर लिखो फैसला नाल तेरे ही जीना। वो इतने रुकना है पहला आप इतने रुके जीना उस तो बाद दूजी बार जब आप बोलना है उस तो बाद इतने रुकना है मेरा तो हर लिखो फैसला नाल तेरे ही जीना। नेक्स्ट लाइन देखियो आज तो लेके रोज हशर तक पंथिंग ना इधर च हरकत है ध्यान ना देखियो आज तो लेके रोज हशर तक ध्यान ना देखियो आज तो लेके रोज हशर तक दोबारा देख लो एक बारी अज तो लेके रोज हशर तक दूर दोबारा देखो
जित मुख जाए मुके ना एहसान के। नेक्स्ट लाइन, अल्लाह करे दिन ना चढ़े के अल्लाह करे दिन ना चढ़े। वन फिंगर लाल, अल्लाह करे दिन ना चढ़े। दोबारा देखो, अल्लाह करे दिन ना चढ़े। नेक्स्ट लाइन, के अल्लाह करे दिन ना चढ़े, के अल्लाह करे दिन ना चढ़े। आ लाइन देखो दोबारा, के अल्लाह करे दिन ना चढ़े। दोबारा देखो, के अल्लाह करे दिन ना चढ़े। एंडिंग लाइन, के अल्लाह करे दिन ना चढ़े। दोबारा देखो, के अल्लाह करे दिन ना चढ़े। वन फिंगर नाल, के अल्लाह करे दिन ना चढ़े, के अल्लाह करे दिन ना चढ़े। सो ये है जी फर्स्ट बेस अंतरा। नेक्स्ट जिहड़े अंतरे इजीली तुसी प्ले कर लोगे, यदि अच्छी तरह प्रैक्टिस करनी है, अच्छी तरह प्रैक्टिस करोगे कोई प्रॉब्लम नहीं आएगी। सो बेस अंतरे दी अच्छी तरह प्रैक्टिस कर लेना जी, ते नेक्स्ट जिहड़े अंतरे इजीली प्ले कर लोगे। तो जी इदा के वधिया वधिया ट्यूटोरियल्स लई साडे चैनल नूं, जिन्होंने हले सबसक्राइब नहीं किया, जो व्यूअर्स देख रहे इस वीडियो नूं, चैनल नूं जरूर सबसक्राइब कर लैणा जी। तो बैल आइकन नूं प्रेस करना ना भुल्लो नोटिफिकेशन वास्ते, ताकि जदों भी असीं अपडेट करते हैं तुहानूं एक या दो मिनट के यूट्यूब एप्लीकेशन थ्रू या ईमेल थ्रू नोटिफिकेशन जिहड़ा रिसीव हो जाए, उसके लिए बैल आइकन नूं प्रेस करना ना भुल्लो। और अगर तुहानूं वीडियो तो कुछ अच्छा सीखने को मिले, वीडियो नूं जरूर लाइक करना जी, कमेंट बॉक्स से सानूं कमेंट करके जरूर दसो, तो अपने फ्रेंड्स नाल जरूर शेयर करना, ताकि उन्होंने भी हैल्प मिले, वो भी नाल प्ले करके हारमोनीयम दे गा सकन। सो जी नैक्सट ट्यूटोरियल लैके बहुत जल्द हाजिर होवांगे जी। सो थैंक यू सो मच।